ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਚਸ਼ਮੀਤ, ਤੁਸੀਂ ਦੇਖ ਰਹੇ ਹੋ ਚਸ਼ਮੀਤ ਵਲੌਗ ਜੋ। ਅਤੇ ਅੱਜ ਦੀ ਵੀਡੀਓ ਦੇ ਵਿੱਚ ਗਾਈਸ ਆਪਾਂ ਕਰਨ ਜਾ ਰਹੇ ਹਾਂ ਇੱਕ ਬੋਲਟ ਦਾ। ਨਾ ਮੈਨੂੰ ਬਾਈ ਨੇ ਕਮੈਂਟ ਕਰਿਆ ਵੀ ਜਿਹੜੀ ਟੈਂਕੀ ਨਹੀਂ ਹੁੰਦੀ ਬੋਲਟ, ਜਿੱਥੇ ਮੈਂ ਲਿਖਿਆ ਲਗਾਇਆ ਤੇਲ ਨਾ ਦੇਖ ਬੜਕ ਦੇਖ, ਉੱਥੇ ਨਾ ਟੈਂਕੀ 'ਤੇ ਆਪਾਂ 1K47 ਬਣਾਈਏ। ਅਤੇ ਮੈਂ ਹੁਣ ਦੇ ਤਾਂ ਦਿੱਤੀ ਬਾਈ ਨੂੰ, ਅਤੇ ਆਪਾਂ ਚਿਪਕਾ ਕੇ ਦੇਖਾਂਗੇ ਵੀ ਕਿਹੋ ਜਿਹੀ ਲੱਗਦੀ ਆ, ਲਾ ਲਓ ਕੇ ਦੇਖ ਲਾਂਗੇ। ਜੇ ਫਿਰ ਵਧੀਆ ਲੱਗੀ ਤਾਂ ਰੱਖ ਲਾਂਗੇ, ਬਾਕੀ ਤੁਸੀਂ ਦੱਸ ਦਿਓ ਕਿਵੇਂ ਤਾਂ ਲੱਗੀ। ਅਤੇ ਚਲੋ ਬਈ ਬਣਾਉਣਾ ਤਾਂ ਮੈਂ ਦੇਤਾ ਬਾਈ ਨੂੰ, ਹੁਣ ਆਪਾਂ ਚੱਲਦੇ ਹਾਂ। ਰੌਣੀ ਤੋਂ ਫੜ ਕੇ ਲੈ ਕੇ ਆਉਂਦੇ ਹਾਂ, ਅਤੇ ਜੱਸੂ ਵੀ ਆਉਂਦਾ ਸ਼ਾਇਦ, ਅਤੇ ਬਾਕੀ ਜੇ ਨਾ ਆਇਆ ਆਪਾਂ ਚੱਲਾਂਗੇ ਅਤੇ ਬਣਵਾ ਕੇ ਉਹ, ਅਤੇ ਫਿਰ ਆ ਕੇ ਤੁਹਾਨੂੰ ਮੈਂ ਦਿਖਾਉਣਾ ਜੇ ਬੋਲਟ ਆਪਣਾ ਉਰੇ ਖੜਾ, ਅਤੇ ਫਿਰ ਇਹਦੇ ਚਿਪਕਾਵਾਂਗੇ, ਠੀਕ ਹੈ, ਲਾਵਾਂਗੇ ਸਟਿੱਕਰ। ਆ ਖੜਾ ਆਪਣਾ ਬੋਲਟ, ਅਤੇ ਆਹ ਨਹੀਂ ਲਿਖਿਆ ਜੈਸੇ ਤੇਲ ਨਾ ਦੇਖ ਬੜਕ ਦੇਖ, ਇੰਨੀ ਕੁ ਚੀਜ਼ 'ਤੇ ਬਣਵਾਵਾਂਗੇ, ਇੰਨੀ ਇੰਨੀ ਚੀਜ਼ 'ਤੇ, ਠੀਕ ਹੈ, ਉਰੋਂ ਤੋਂ ਲੈ ਕੇ ਉਰੇ ਤੱਕ 1K47 ਬਣਵਾਵਾਂਗੇ। ਅਤੇ ਆਹ ਜੇ ਲਾਉਣਾ ਹੋਇਆ ਤਾਂ ਲਾ ਦਾਂਗੇ ਫਿਰ ਆਪਾਂ, ਠੀਕ ਹੈ। ਅਤੇ ਚਲੋ ਵੀ ਆਹ 1K47 ਦਾ ਸਟਿੱਕਰ ਆਪਾਂ ਨੇ ਲਿਆਂਦਾ, ਠੀਕ ਹੈ, ਅਤੇ ਉੱਥੇ ਕਟਿੰਗ ਕਰਦੇ ਤੁਸੀਂ ਦੇਖਦੇ ਸੀ, ਅਤੇ ਜੱਸੂ ਆਪਣੇ ਕੋਲ ਹੁਣ ਦੇਖ ਰਿਹਾ। ਅਤੇ ਚਲੋ ਵੀ, ਅਤੇ ਬਾਏ ਬਾਏ ਤੇਲ ਨਾ ਦੇਖ ਵੜਕ ਦੇ, ਅਤੇ ਹੁਣ ਆਪਾਂ ਇਹਨੂੰ ਲਾ ਦਿੰਦੇ ਹਾਂ। ਦੇਖ ਰਹਿ ਗਿਆ ਹੁਣ ਆਪਾਂ ਇਹਨੂੰ ਵੀ ਲਾ ਦਿੰਦੇ ਹਾਂ, ਅਤੇ ਰਿਹਾ ਦੇਖੋ ਆਹ ਰਹਿ ਗਿਆ ਨਿਸ਼ਾਨ ਜੇ, ਆਪਾਂ ਉਹਦੇ ਆਪਾਂ ਫੇਰ ਦਿੰਦੇ ਉੱਥੇ ਜਾ। ਚਲੋ ਮੈਂ ਇਹਨੂੰ ਲਾ ਕੇ ਮਿਲਦਾ, ਠੀਕ ਹੈ ਫਿਰ ਤੁਹਾਨੂੰ। ਅਤੇ ਬਾਈ ਹੁਣ ਦੇਖੋ ਆਪਾਂ ਉਰੇ ਲਾਈਏ 1K47 ਦਾ ਸਟਿੱਕਰ, ਜਾਂ ਉਰੇ ਲਾਈਏ ਜਾਂ ਉਰੇ ਲਾਈਏ, ਮੈਂ ਕਹਿੰਦਾ ਆਪਾਂ ਉਰੇ ਗਲਾ ਦਿੰਦੇ ਹਾਂ, ਹੈ ਨਾ, ਉਰੇ ਗਲਾ ਦੇ ਅਸੂ। ਦੇਖੋ ਬਾਈ ਕਿਵੇਂ ਲੱਗੂ ਉਰੇ ਕਾ ਦੱਸਦੇ, ਠੀਕ ਹੈ। ਅਤੇ ਨਾ ਜਿਹੜਾ ਗੋਲਡ ਆਪਾਂ ਕਲਰ ਲੈ ਕੇ ਆਏ ਹਾਂ ਇਹਦੇ ਨਾਲ ਮੈਚ ਵੀ ਹੁੰਦਾ, ਠੀਕ ਹੈ, ਨਹੀਂ ਤਾਂ ਆਪਾਂ ਨੇ ਯੈਲੋ ਲੈ ਕੇ ਆਉਣਾ ਸੀ, ਮੈਂ ਚਲੋ ਗੋਲਡ ਲਿਆਉਣੇ ਆ। ਅਤੇ ਚਲੋ ਵੀ, ਅਤੇ ਲਾ ਕੇ ਮਿਲ ਜਾ ਤੁਹਾਨੂੰ, ਠੀਕ ਹੈ, ਇਹ ਦੇਖ ਲਿਆ ਤੁਹਾਨੂੰ ਹੁਣ, ਅਤੇ ਬਾਹਰ ਲਾ ਦਿੰਦਾ ਇਹ। ਚਲੋ ਵੀ ਲਓ ਵੀ ਲਾ ਤਾ ਆਪਾਂ ਨੇ, ਬਾਹਰ ਲਾ ਦਈਏ, ਠੀਕ ਹੈ। ਕਿਹੋ ਜਿਹਾ ਲੱਗਿਆ ਵੀ ਇੱਕ ਵਾਰ ਦੱਸ ਦਿਓ, ਠੀਕ ਹੈ। ਅਤੇ ਹੋਰ ਹੋਰ ਉੱਤੇ ਲੱਗਣਾ ਸੀਗਾ, ਕਿਉਂਕਿ ਆਹ ਦੇਖੋ ਕਿੰਨਾ ਕੁ ਫਰਕ ਉਹਦੇ, ਠੀਕ ਹੈ, ਲਾਓ ਵੀ ਲਾ ਦਈਏ ਫਿਰ। ਦੱਸੋ ਜੀ ਫਿਰ ਕਿਵੇਂ ਲੱਗੀ ਉਰੇ, ਆਹ ਨੰਬਰ ਪਲੇਟ ਆਪਾਂ ਲਿਆਂਦੀ, ਅਤੇ ਕਿਵੇਂ ਲੱਗੀ ਇੱਕ ਵਾਰ ਦੱਸ ਦਿਓ, ਅਤੇ ਆਪਾਂ ਉਰੇ ਲਾਉਂਦੇ ਹਾਂ, ਅਤੇ ਦੇਖਿਓ ਸਾਰਾ ਵਲੌਗ। ਅਤੇ ਕੀ ਕਰਨਾ ਪੈਣਾ ਆਪਾਂ ਨੂੰ, ਲਾਈਟ ਖੋਲ੍ਹ ਕੇ ਨਾ ਜਿਹੜੀ ਆਹ ਚੀਜ਼ਾਂ ਪਿੱਛੇ ਨਾ ਆਹ ਚੀਜ਼ ਇਹਨੂੰ ਵੀ ਖੋਲ੍ਹਣਾ ਪੈਣਾ, ਅਤੇ ਇਹ ਖੁੱਲੂਗੀ ਆਹ ਨਟਾਂ ਨਾਲ, ਅਤੇ ਇਹਨੂੰ ਪੱਟ ਕੇ ਸਾਰੀ ਚੀਜ਼ ਨੂੰ ਆਹ ਖੋਲ੍ਹ ਕੇ ਆਪਣੀ ਨੰਬਰ ਪਲੇਟ ਆ ਲਾ ਦੇਣੀ ਆ ਦਿੱਲੇ ਉਰੋਲਿਆਂ ਦੀ, ਅਤੇ ਲਾ ਕੇ ਫਿਰ ਆਪਾਂ ਆਪਣੀ ਨੰਬਰ ਪਲੇਟ ਕਰ ਦਾਂਗੇ। ਦੱਸਿਓ ਇੱਕ ਵਾਰ ਬਾਈ ਕਿਹੋ ਜਿਹੀ ਲਾਤੀ ਆ। ਅਤੇ ਚਲੋ ਵੀ ਇਹਨੂੰ ਕਰਦੇ ਹਾਂ, ਅਤੇ ਦੇਖੋ ਸਾਰਾ ਬਲੌਕ। ਤਾਂ ਲਓ ਵੀ ਆਪਣੀ ਲਾਈਟ ਆ ਗਈ ਬਾਹਰ, ਅਤੇ ਇਹਦੇ ਵਿੱਚ ਆਹ ਦੋ ਰਬੜਾਂ ਹੀ ਆਈਆਂ ਹੁੰਦੀਆਂ ਹਨ, ਅਤੇ ਆਹ ਦੋ ਨਟ ਹੁੰਦੇ ਨੇਗੇ, ਅਤੇ ਇਹਨੂੰ ਰੱਖ ਦਿੰਦੇ ਹਾਂ ਪੇਜ, ਅਤੇ ਆ ਗਿਆ ਬੱਲੋ, ਅਤੇ ਇਹਨੂੰ ਵੀ ਕੱਢ ਦਿੰਦੇ ਆਪਾਂ। ਬਈ ਆਪਣਾ ਇੱਕ ਲਾਸਟ ਨਟ ਰਹਿ ਗਿਆ, ਅਤੇ ਇਹਨੂੰ ਖੋਲ੍ਹ ਕੇ ਫਿਰ ਆਪਾਂ ਕਰ ਦਾਂਗੇ ਆਪਣੀ ਫਿੱਟ ਨੰਬਰ ਪਲੇਟ।
ਤਗਰੇ ਨੂੰ ਖੋਲ ਕੇ ਮਿਲਦੇ ਆ ਤਗਰੇ ਆ ਤਾਂ ਆਪਾਂ ਨੇ ਖੋਲ ਦਿੱਤੀਆਂ ਸਾਰਾ ਨਟ ਨੂੰ ਲਿਆ ਤੇ ਹੁਣ ਬਸ ਆ ਪੱਟੀ ਖੋਲਾਂਗੇ ਆਪਾਂ ਜਿਹੜੀ ਆ ਲੈਟ ਦਿੱਤੀ ਹੈ ਹਾਂ ਇਹ ਖੋਲ ਕੇ ਤੇ ਫਿਰ ਆਪਾਂ ਆਹ ਜਿਹੜੀ ਆਹ ਨੰਬਰ ਪਲੇਟ ਨਹੀਂ ਇਹਨੂੰ ਲਾਵਾਂਗੇ ਤੇ ਫਿਰ ਆਹ ਨੰਬਰ ਪਲੇਟ ਲਾਵਾਂਗੇ ਤੇ ਆਹ ਲੈ ਗਈ ਵੀਰੇ ਆਪਣੀ ਨੰਬਰ ਪਲੇਟ ਆਹ ਲੈ ਗਈ ਸੱਚ ਜਿਹਦੇ ਲੈਟ ਲੱਗੀ ਹੁੰਦੀ ਆ ਉਹ ਤੇ ਆਹ ਦੇਖੋ ਉਹ ਗੰਬਾ ਵਾ ਤੇ ਇਹਨੂੰ ਲਾ ਕੇ ਤੇ ਫਿਰ ਆਪਾਂ ਨੰਬਰ ਪਲੇਟ ਲਾਵਾਂਗੇ ਅਰੇ ਬਾਈ ਮੇਰਾ ਪਹਿਲਾਂ ਦਾ ਨੰਬਰ ਲਿਖਿਆ ਹੋਇਆ ਜਦ ਨੰਬਰ ਮਿਲਿਆ ਸੀ ਨਾ ਤਾਂ ਮੈਂ ਇਹਦੀ ਲਿਖਤਾ ਸੀ ਅਤੇ ਆਪਣੀ ਨੰਬਰ ਪਲੇਟ ਲੈ ਗਈ ਆਪਾਂ ਸਹੀ ਸਲਾਮਤ ਲਾ ਦਈਏ ਹੈ ਨਾ ਠੀਕ ਹੈ ਇਹਦੇ 3M ਲੱਗੇ ਹੋਈ ਦੀ ਅਤੇ ਇਹਨੂੰ ਲਾ ਇਹਨੂੰ ਆਹ ਆਪਾਂ ਨੰਬਰ ਪਲੇਟ ਲਾਉਂਦੇ ਆ ਚੱਕੋ ਠੀਕ ਆ ਬਾਈ ਅਤੇ ਲੱਗੂ ਅਤੇ ਮੈਂ ਤੁਹਾਨੂੰ ਬਾਕੀ ਆ ਅਤੇ ਟੇਪ ਲਾ ਕੇ ਅਤੇ ਲਾਉਂਦੇ ਹਾਂ ਅਤੇ ਬਾਕੀ ਤੁਸੀਂ ਦੇਖ नंबर प्लेट अपनी लग गई तो भाई अपनी नंबर प्लेट तो अपनी लग गई बाकी जिम्मे अपने जो चौस लाइट भी लाने हो आह तीन नट दिते हुए जिम्मे जी अपनी आ सिंपल लाइट आते तो उसे दो नट दिते ही दिते होंगे ने लगी लगी होंगी है तो तीन नट बाकी चौस लाइट के भी ने बाकी बासमई पा लीए तो हम अपन नट पा दें ठीक है तो भाई ये जो प्लग है ना ये अपने उरे जोड़ना जोड़ दिए पहला प्लग जिम्मे अपने इंडीकेटर जो डबल भी करने में तारा जोड़ के डबल भी हो जाने ठीक है तार तूर अपने पास ही हम अपने ठीक है तो देखो भाई एक अपनी नंबर प्लेट किमें ला दी तो हूँ आप कस दी है जो नट दी है तो आप नट भी कस दे भाई तो हूँ इन टाइट करा जो पिछले नट आए ना तो इन्हों मैं तुम दस दिना आ दस नंबर वाली चाबी ला दी है दस नंबर वाली चाबी इन्होंने ला दी है पिछलियां तो बाकी जी आह चीज होंगी है इन्होंने खोलने लिए ला दी है अपनी ये कि अठ नंबर नौ अठ नंबर चाबी ठीक है फिर क्या भी वीरे चारे नट कसते तिने नट कसते तो एक नट कसते फिर आप बल्ब कर देंगे लाइट पी उधर बल्ब पे तो कमेंट करके जरूर दसो भी आप चौस लाइट पवाइए तो जो कि ना पवाइए वह टेबिंग टूबिंग करा के तो लगा देंगे लो भी तो हम आप बल्ब ला दिए वीरे तो यह खासा औखा काम होता यार बल्ब लाने का तो ये फोटो फट ना जा रही है बल्ब भी लग गया
ਬਸ ਇਹਨਾਂ ਦੇ ਬਈ ਦੋ ਦੋ ਤਿੰਨ ਚੀਜ਼ਾਂ ਦਾ ਕੰਮ ਹੁੰਦਾ, ਇੱਕ ਤੁਹਾਨੂੰ ਪੇਜਗਾਰਡ ਦਾ, ਇੱਕ ਤੁਹਾਨੂੰ ਪੇਜਗਾਰਡ ਦਾ ਕੰਮ ਲੱਗੂ, ਬਾਕੀ ਆ ਦੋ ਚਾਬੀਆਂ ਦਾ ਕੰਮ ਲੱਗੂਗਾ। ਤਿੰਨ ਚੀਜ਼ਾਂ ਨਾਲ ਬਸ ਆਪਣੀ ਨੰਬਰ ਰੇਡ ਕਸੀ ਜਾਂਦੀ ਆ ਅਤੇ ਆਪਾਂ ਨੇ ਬਾਕੀ ਕਾਸਟ ਹੀ ਦੇਖੋ ਜੀ। ਕਹਿਣ ਲੱਗਦੀ ਆ ਕਮੈਂਟ ਕਰਕੇ ਤਾਂ ਵੀਰੇ ਅੱਜ ਕਰੀਏ ਨੇ ਆਪਣਾ ਦੋ ਮੋਡੀਫਿਕੇਸ਼ਨ ਆ, ਇੱਕ ਆਪਣੀ ਇੱਕ 47 ਅਤੇ ਇੱਕ ਨੰਬਰ ਪਲੇਟ, ਅਤੇ ਕਿਵੇਂ ਲੱਗੀ ਤੁਹਾਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ। ਅਤੇ ਅੱਜ ਦੀ ਵੀਡੀਓ ਤਾਂ ਇੰਡਾ ਪੂਰੀ ਕਰਦੇ ਹਾਂ, ਅਤੇ ਗਾਇਸ ਕਿਵੇਂ ਲੱਗੀ ਤੁਹਾਨੂੰ ਮੇਰੀ ਵੀਡੀਓ, ਅਤੇ ਆਪਾਂ ਵਲੌਗ ਜਲਦੀ ਤੋਂ ਜਲਦੀ ਪਾਉਂਦੇ ਰਹਾਂਗੇ। ਓਕੇ ਗਾਇਸ, ਗੁੱਡ ਬਾਏ, ਅਤੇ ਕਮੈਂਟ ਕਮੁੰਟ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ, ਅਤੇ ਗਾਇਸ ਬਾਏ ਬਾਏ।